ਬਹੁਤ ਸਾਰੇ ਫੋਰਨਰਸ ਮਿਸਿੰਗ ਆ, ਕਿਲਡ ਆ, ਕਿਡਨੈਪਡ ਆ ਇਜ਼ਰਾਈਲ ਦੇ ਵਿੱਚ। ਸੋ ਫਾਰ ਜੋ ਨੰਬਰ ਆਏ ਆ ਯੂਨਾਈਟਿਡ ਸਟੇਟਸ ਦੇ, 11 ਲੋਕਾਂ ਦੀ ਮੌਤ ਹੋਈ ਆ ਤੇ ਕਈ ਮਿਸਿੰਗ ਆ। ਥਾਈਲੈਂਡ ਦੇ 18 ਦੀ ਮੌਤ ਹੋਈ ਆ, 11 ਕਿਡਨੈਪਡ ਆ। ਫਰਾਂਸ ਦੇ 4 ਦੀ ਮੌਤ ਹੋਈ ਆ, 13 ਮਿਸਿੰਗ ਆ। ਕੈਨੇਡਾ ਦੇ 1 ਦੀ ਮੌਤ ਹੋਈ ਆ, 3 ਮਿਸਿੰਗ ਆ। ਯੂਕਰੇਨ ਦੇ 2 ਜਣਿਆਂ ਦੀ ਮੌਤ ਹੋਈ ਆ। ਅਰਜਨਟੀਨਾ ਦੇ 7 ਦੀ ਮੌਤ ਹੋਈ ਆ ਤੇ 15 ਮਿਸਿੰਗ ਆ। ਨੇਪਾਲ ਦੇ 10 ਦੀ ਮੌਤ ਹੋਈ ਆ ਤੇ 1 ਮਿਸਿੰਗ ਆ। ਨੇਪਾਲ ਦੇ ਸਟੂਡੈਂਟ ਕਾਫੀ ਜਿਹੜੇ ਆ ਉਹ ਇਜ਼ਰਾਈਲ ਦੇ ਵਿੱਚ ਪੜ੍ਹਦੇ ਹੈਗੇ ਆ। ਜੋ ਅਮੈਰੀਕਨ ਫੈਮਿਲੀਜ਼ ਜਿਨ੍ਹਾਂ ਦੇ ਪਰਿਵਾਰ ਮਿਸਿੰਗ ਆ, ਉਹ ਬੇਨਤੀ ਕਰ ਰਹੇ ਆ ਉਹਨਾਂ ਨੂੰ ਜੋ ਕੈਪਟਿਵਸ ਆ ਪਏ, ਉਹਨਾਂ ਨੂੰ ਕਿਸੇ ਤਰ੍ਹਾਂ ਨਾਲ ਤੰਗ ਨਾ ਕੀਤਾ ਜਾਵੇ। ਇਹ ਜਿਹੜਾ ਸਾਰਾ ਕ੍ਰਾਈਸਿਸ ਆ ਹਿਊਮਨਿਟੇਰੀਅਨ ਡਿਜ਼ਾਸਟਰ ਬਣ ਚੁੱਕਾ ਆ। ਮੈਂ ਪਹਿਲਾਂ ਵੀ ਡਿਸਕਸ ਕੀਤਾ ਵੀ ਕਿਸ ਤਰ੍ਹਾਂ ਜੋ ਰੈੱਡ ਕ੍ਰਾਸ ਉਹ ਕਹਿ ਰਹੀ ਆ ਡਾਕਟਰਸ ਵਿਦਆਊਟ ਬਾਰਡਰਸ ਵਾਲੇ, ਵੀ ਅਸੀਂ ਕਿਸੇ ਤਰ੍ਹਾਂ ਦੀ ਹੈਲਪ ਨਹੀਂ ਕਰ ਸਕਦੇ ਹੈਗੇ। ਇਜ਼ਰਾਈਲ ਨੇ ਗਾਜ਼ਾ ਸਿਟੀ ਦੇ ਵਿੱਚ ਬੰਬਾਰਡਮੈਂਟ ਸ਼ੁਰੂ ਕੀਤੀ ਹੋਈ ਹੈਗੀ ਆ, ਬਹੁਤ ਵੱਡੀ ਗਿਣਤੀ ਦੇ ਵਿੱਚ। ਜੀ 2 ਮਿਲੀਅਨ ਦੇ ਕਰੀਬ ਲੋਕ 140 ਸਕੁਅਰ ਮਾਈਲ ਏਰੀਏ 'ਚ ਰਹਿੰਦੇ। ਬਹੁਤ ਹੀ ਜ਼ਿਆਦਾ ਜਿਹੜੀ ਪਾਪੂਲੇਸ਼ਨ ਆ ਉਹ ਉੱਥੇ ਦੀ ਡੈਂਸ ਹੈਗੀ ਆ। ਜੀ ਬਿਲਕੁਲ, ਇਜ਼ਰਾਈਲੀ ਜਿਹੜੀਆਂ ਫੋਰਸਿਸ ਆ ਉਹ ਇਹ ਦਾਅਵਾ ਕਰ ਰਹੀਆਂ ਵੀ ਕਿ ਅਸੀਂ, ਉਹ ਕਹਿੰਦੇ ਆ ਵੀ ਅਸੀਂ 1500 ਜਿਹੜੀਆਂ ਹਮਾਸ ਦੇ ਫਾਈਟਰਸ ਆ ਉਹਨਾਂ ਦੀਆਂ ਬਾਡੀਜ਼ ਨੂੰ ਰਿਕਵਰ ਕੀਤਾ ਹੈ ਜਿਹੜੀਆਂ ਇਜ਼ਰਾਈਲ ਦੇ ਵਿੱਚ ਆ। 150 ਤੋਂ ਵੱਧ ਲੋਕਾਂ ਨੂੰ ਹਮਾਸ ਨੇ ਕਹਿੰਦੇ ਵੀ ਬੰਧਕ ਬਣਾ ਕੇ ਰੱਖਿਆ ਆ ਗਾਜ਼ਾ ਦੇ ਵਿੱਚ। ਸੋ ਹੁਣ ਇਹ ਦੇਖਣ ਵਾਲੀ ਗੱਲ ਹੋਊਗੀ ਵੀ ਅੱਗੇ ਕੀ ਇਸ ਪੂਰੇ ਮਾਮਲੇ ਦੇ ਵਿੱਚ ਬਣਦਾ ਹੈਗਾ ਆ। ਹਾਲਾਤ ਜਿਹੜੇ ਆ ਉਹ ਕਾਫੀ ਜ਼ਿਆਦਾ ਇਸ ਟਾਈਮ ਮਾੜੇ ਨੇ। ਜਿਹੜੇ ਗਾਜ਼ਾ ਦੇ ਵਿੱਚ ਅਮਰੀਕੀ ਨਾਗਰਿਕ ਵੀ ਆ ਪਰ ਹੈਗੇ ਪੈਲਸਤੀਨ ਤੋਂ, ਉਹ ਕਹਿੰਦੇ ਵੀ ਅਸੀਂ ਫਸੇ ਹੋਏ ਹਾਂ ਅਤੇ ਸਾਨੂੰ ਜਿਹੜੀ US ਦੀ ਅੰਬੈਸੀ ਆ ਕੋਈ ਵੀ ਮਦਦ ਨਹੀਂ ਕਰ ਰਹੀ ਹੈਗੀ। ਬਿਲਡਿੰਗਸ ਦੀਆਂ ਬਿਲਡਿੰਗਸ ਇੱਦਾਂ ਜਿਹੜੀਆਂ ਢੱਠੀਆਂ ਹੋਈਆਂ ਜਿੱਦਾਂ ਭੂਚਾਲ ਤੋਂ ਬਾਅਦ ਦਾ ਮੰਜ਼ਰ ਜਿਹੜਾ ਹੁੰਦਾ ਆ, ਪਰ ਉੱਥੇ ਗਾਜ਼ਾ ਪੱਟੀ ਦੇ ਵਿੱਚ ਇਹ ਜਿਹੜੀਆਂ ਬਿਲਡਿੰਗਸ ਆ ਬੰਬਾਰਡਮੈਂਟ ਦੇ ਨਾਲ ਐਵਰੀ ਡੇ ਜਿਹੜੀਆਂ ਉਹ ਡਿੱਗ ਰਹੀਆਂ ਆ। ਫਰੈਜ਼ਨੋ ਦੇ ਹੀ ਜਿਹੜੇ ਰਹਿਣ ਵਾਲੇ ਇੱਕ 64 ਸਾਲਾ ਸ਼ਾਤ, ਉਹਨਾਂ ਨੇ ਕਿਹਾ ਵੀ ਉਹ ਹਿਊਮੈਨੀਟੇਰੀਅਨ ਖੇਤਰ ਦੇ ਵਿੱਚ ਕੰਮ ਕਰਨ ਦੇ ਲਈ ਗਾਜ਼ਾ ਵਿੱਚ ਗਏ ਸੀਗੇ। ਉਹਨਾਂ ਨੂੰ ਕਹਿੰਦੇ ਅੰਬੈਸੀ ਨੇ ਇਹ ਜਿਹੜਾ ਉਹ ਦੱਸਿਆ ਆ ਵੀ ਉਹ ਇਜਿਪਟ ਦੇ ਬਾਰਡਰ ਤੱਕ ਜਿਹੜਾ ਉਹ ਸੁਰੱਖਿਅਤ ਪਹੁੰਚਣ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਚੱਕਿਆ ਜਾ ਸਕੇ। ਕਹਿੰਦੇ ਵੀ ਹੁਣ ਸੇਫਲੀ ਦਾ ਕੀ ਮੀਨ ਇਸ ਦੇ ਵਿੱਚ ਹੋਇਆ ਉੱਥੇ ਤਾਂ ਪਤਾ ਨਹੀਂ ਲੱਗ ਰਿਹਾ ਵੀ ਉੱਥੇ ਬਣੂਗਾ ਕੀ। ਇਸੇ ਤਰੀਕੇ ਦੇ ਨਾਲ ਸਾਲਟ ਲੇਕ ਸਿਟੀ ਯੂਟਾ ਤੋਂ ਜਿਹੜੇ ਅਮਰੀਕੀ ਨੇ ਅਤੇ ਹੈ ਪੈਲਸਤੀਨ ਤੋਂ ਤਾਂ ਉੱਥੇ ਗਏ ਹੋਏ ਆ, ਜਿਹੜੇ ਲੀਨਾ ਬਸੀਓ ਉਹਨਾਂ ਨੇ ਕਿਹਾ ਆ ਵੀ ਇਸ ਟਾਈਮ ਬਹੁਤ ਡਰ ਜਿਹੜਾ ਆ ਉਹਦਾ ਮੰਜ਼ਰ ਬਣਿਆ ਹੋਇਆ ਆ ਅਤੇ ਇਸ ਟਾਈਮ ਹਾਲਾਤ ਜਿਹੜੇ ਉਹ ਮਾੜੇ ਆ। ਉਹ ਇੱਦਾਂ ਲੱਗ ਰਿਹਾ ਵੀ ਸ਼ਾਇਦ ਇਹੀ ਸਾਹ ਜਿਹੜਾ ਆ ਉਹ ਅਖੀਰਲਾ ਸਾਹ ਜਿਹੜਾ ਉਹ ਹੋਊਗਾ। 12 ਸਾਲਾਂ ਬਾਅਦ ਕਹਿੰਦੀ ਇਹ ਬੀਬੀ ਗਈ ਸੀ ਗਾਜ਼ਾ ਦੇ ਵਿੱਚ ਅਤੇ ਹੁਣ ਜਿਹੜੀ ਉਹ ਉੱਥੇ ਇਸ ਟਾਈਮ ਇਸ ਬੰਬਾਰਡਮੈਂਟ ਦੇ ਵਿੱਚ ਫਸੀ ਪਈ ਆ, ਇਹ ਕਨਫਲਿਕਟ ਦੇ ਵਿੱਚ ਇਸ ਟਾਈਮ ਫਸ ਗਈ ਆ। ਸੋ ਇੱਦਾਂ ਹੋਰ ਬਹੁਤ ਸਾਰੇ ਨੇ ਜਿਹੜੇ ਉੱਥੇ ਇਸ ਟਾਈਮ ਫਸੇ ਪਏ ਨੇ। ਪਰ ਹੁਣ ਦੇਖੋ ਕੀ ਆ, ਅਮੈਰੀਕਾ ਨੇ ਅਜੇ ਤੱਕ ਕੋਈ ਇਜ਼ਰਾਈਲੀਆਂ ਇੱਥੋਂ ਉਹਨਾਂ ਨੂੰ ਉਹਨਾਂ ਨੇ ਕਿਹਾ ਨਹੀਂ ਹੈਗਾ ਵੀ ਭਾਈ ਵੀ ਤੁਹਾਨੂੰ ਉੱਥੋਂ ਅਮੈਰੀਕਾ ਨੂੰ ਵਾਪਸ ਆਉਣ ਦੀ ਲੋੜ ਆ, ਪਰ ਕਾਫੀ ਅਮਰੀਕੀਆਂ ਦੀ ਵੀ ਇਸ ਦੇ ਵਿੱਚ ਆਲਰੇਡੀ ਮੌਤ ਹੋ ਚੁੱਕੀ ਹੈਗੀ ਆ। ਅੱਜ ਇੱਕ ਵਾਰੀ ਫਿਰ ਹਮਾਸ ਦੇ ਦੁਆਰਾ ਗਾਜ਼ਾ ਦੇ ਵਿੱਚੋਂ ਕਈ ਜਿਹੜੇ ਰੋਕਟ ਆ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਕਹਿੰਦੇ ਆ ਇੱਕ ਵਾਰੀ ਫਿਰ ਆ ਉਹ ਛੱਡੇ ਗਏ ਹੈਗੇ ਆ। ਸੋ IDF ਜਿਹੜਾ ਉਹ ਕਹਿ ਰਿਹਾ ਵੀ ਉਹਨਾਂ ਦੇ ਜੈਟਸ ਦੇ ਦੁਆਰਾ 100 ਤੋਂ ਵੱਧ ਟਾਰਗੇਟਸ ਨੂੰ ਨਿਸ਼ਾਨਾ ਜਿਹੜਾ ਆ ਉਹ ਬਣਾਇਆ ਗਿਆ ਆ। ਅਲ ਫਰਕਾਨ ਇਲਾਕਾ ਆ ਗਾਜ਼ਾ ਪੱਟੀ ਦੇ ਵਿੱਚ, ਉਸ ਦੇ ਵਿੱਚ ਜਿਸ ਨੂੰ ਹਮਾਸ ਦਾ ਗੜ੍ਹ ਦੇ ਵਜੋਂ ਜਾਂ ਜਿੱਥੇ ਜ਼ਿਆਦਾ ਹਮਾਸ ਵਾਲੇ ਆ ਉਹ ਦੱਸੇ ਜਾ ਰਹੇ ਹੈਗੇ ਆ। ਸੋ ਕਹਿੰਦੇ ਵੀ ਕਿ ਇਹ ਉਹੀ ਕਰੋਸਿੰਗ ਆ ਜਿਹੜੀ ਗਾਜ਼ਾ ਦੇ ਵਿੱਚ ਰਹਿਣ ਵਾਲੇ ਆ ਉੱਥੋਂ ਉਹਨਾਂ ਨੂੰ ਨਿਕਲਣ ਨੂੰ ਜਿਹੜੀ ਉਹ ਮਿਲਦੀ ਆ। ਪੁਤਿਨ ਨੇ US ਦੀ ਪਾਲਿਸੀ ਨੂੰ ਕ੍ਰਿਟੀਸਾਈਜ਼ ਕੀਤਾ ਆ ਇਸ ਪੂਰੇ ਇਜ਼ਰਾਈਲੀ ਅਤੇ ਹਮਾਸ ਦੇ ਜਿਹੜੇ ਕੌਨਫਲਿਕਟ ਆ ਉਸ ਨੂੰ ਜਿਹੜਾ ਉਹ ਲੈ ਕੇ, ਕਹਿੰਦੇ ਵੀ US ਦੀ ਐਡਮਿਨਿਸਟ੍ਰੇਸ਼ਨ ਕੰਸਰਨਡ ਨਹੀਂ ਹੈਗੀ ਵੀ ਦੋਨੋਂ ਪਾਸਿਓਂ ਜਿਹੜੇ ਆ ਕੰਪਰੋਮਾਈਜ਼ ਹੋਣੇ ਚਾਹੀਦੇ ਆ। ਸੋ ਇੱਥੋਂ ਤੱਕ ਕਿ ਜਿਹੜੇ ਮਦਦ ਕਰਨ ਆਏ ਲੋਕ ਆ ਉਹ ਵੀ ਇਸ ਕੌਨਫਲਿਕਟ ਦੇ ਵਿੱਚ ਹੁਣ ਭੇਂਟ ਚੜ੍ਹ ਰਹੇ। ਜੀ ਬਿਲਕੁਲ, ਅਤੇ ਆਇਲ ਦੀਆਂ ਪ੍ਰਾਈਸਿਸ ਰਾਈਜ਼ ਹੋਈਆਂ 4% ਦੇ ਕਰੀਬ, ਜੋ ਬੈਰਲ ਆ $86 ਤੋਂ ਚੱਲ ਗਿਆ ਇਹ ਲੜਾਈ ਤੋਂ ਬਾਅਦ। 2 ਲੱਖ ਲੋਕ ਗਾਜ਼ਾ ਦੇ ਵਿੱਚੋਂ ਡਿਸਪਲੇਸ ਹੋ ਚੁੱਕੇ ਹੈਗੇ ਆ। ਇਜ਼ਰਾਈਲ ਪ੍ਰਪੇਅਰ ਹੋ ਰਿਹਾ ਗਰਾਊਂਡ ਇਨਵੇਜ਼ਨ ਦੇ ਲਈ, 35 ਬਟਾਲੀਅਨ ਇਜ਼ਰਾਈਲ ਵਾਲਿਆਂ ਨੇ ਸੱਦ ਲਈਆਂ, ਕਹਿੰਦੇ ਗਰਾਊਂਡ ਦੇ ਉੱਤੇ ਉਹ ਇਨਵੇਡ ਕਰੂਗੇ।
ਪ੍ਰੈਜ਼ੀਡੈਂਟ ਬਾਈਡਨ ਹੁਣੀ ਕਿਹਾ ਵੀ ਜੋ ਅਮਰੀਕਾ ਆ ਉਹ ਟੂ ਸਟੇਟ ਸੋਲੂਸ਼ਨ ਦੇ ਲਈ ਕਮਿਟਡ ਹੈਗਾ ਆ। ਹਾਲਾਂਕਿ ਉਹਨਾਂ ਨੇ ਅੱਜ ਗੱਲਬਾਤ ਵੀ ਕਰਨੀ ਹੈ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਦੇ ਨਾਲ, ਪਰ ਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਕੋਆਰਡੀਨੇਟਰ ਅਤੇ ਸਟ੍ਰੈਟਜਿਕ ਕਮਿਊਨੀਕੇਸ਼ਨ ਦੇ ਜੌਨ ਕਰਵੀ ਉਹਨਾਂ ਨੇ ਕਿਹਾ ਵੀ ਅਸੀਂ ਅਮਰੀਕਾ ਉਸੇ ਸਟੈਂਡ 'ਤੇ ਆ, ਪਾਲਸਤੀਨੀਆਂ ਦਾ ਆਪਣਾ ਮੁਲਕ ਹੋਵੇ, ਇਜ਼ਰਾਈਲੀ ਦਾ ਜੋ ਆਪਣਾ ਮੁਲਕ ਹੋਵੇ। ਅਤੇ ਕਹਿੰਦੇ ਵੀ ਇੰਡੀਪੈਂਡੈਂਟ ਸਟੇਟ ਫਾਰ ਪਾਲਸਤੀਨ ਅਤੇ ਇੰਡੀਪੈਂਡੈਂਟ ਸਟੇਟ ਫਾਰ ਇਜ਼ਰਾਈਲ ਇਹ ਗੁੱਡ ਪਾਥ ਹੈਗਾ ਆ ਪੀਸ ਅਤੇ ਸਿਕਿਉਰਿਟੀ ਦੇ ਲਈ ਮਿਡਲ ਈਸਟ ਦੇ ਵਿੱਚ। ਇਹ ਕਰ ਵੀ ਉਹਨਾਂ ਨੇ ਅੱਜ ਕਿਹਾ ਹੈਗਾ। ਪ੍ਰੈਜੀਡੈਂਟ ਬਾਈਡਨ ਹੁਣੀ 1 ਵਜੇ ਈਸਟਰਨ ਟਾਈਮ ਜੋ ਐਡਰੈਸ ਕਰਨਗੇ। ਇਜ਼ਰਾਈਲ ਵਾਲਿਆਂ ਨੇ ਕਿਹਾ ਵੀ 1500 ਤੋਂ ਵੱਧ ਅਸੀਂ ਗਾਜ਼ਾ ਦੇ ਵਿੱਚ ਪਾਲਸਤੀਨੀਅਨ ਮਾਰ ਦਿੱਤੇ ਹੈਗੇ ਆ, 200 ਤੋਂ ਵੱਧ ਟਾਰਗੇਟ ਕੀਤੇ ਗਏ ਇਜ਼ਰਾਈਲ ਵੱਲੋਂ। 2 ਜਰਨਲਿਸਟ ਵੀ ਗਾਜ਼ਾ ਦੇ ਵਿੱਚ ਮਾਰੇ ਗਏ ਹੈਗੇ ਆ, ਜੋ ਸੈਯਦ ਅਲ ਤਵੀਲ ਇੱਕ ਜਰਨਲਿਸਟ ਅਤੇ ਇੱਕ ਫੋਟੋਗ੍ਰਾਫਰ ਮੁਹੰਮਦ ਸੋਵੀ ਇਹ ਜੋ ਕਵਰ ਕਰ ਰਹੇ ਸੀ। ਅਤੇ ਇਸ ਤੋਂ ਬਿਨਾਂ 3 ਪਾਲਸਤੀਨੀਅਨ ਜਰਨਲਿਸਟ ਨੂੰ ਸ਼ਾਰਟ ਵੀ ਕੀਤਾ ਗਿਆ ਆ ਸ਼ਨਿਚਰਵਾਰ ਨੂੰ, ਅਤੇ ਦੋ ਦੀ ਹੁਣ ਮੌਤ ਹੋਈ ਹੈਗੀ ਆ। ਬਲਿੰਕਨ ਜੋ ਟੋਨੀ ਬਲਿੰਕਨ ਆ ਉਹ ਇਜ਼ਰਾਈਲ ਦੇ ਫੋਰਨ ਮਿਨਿਸਟਰ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈਗੀ ਆ, ਅਤੇ ਇਜ਼ਰਾਈਲ ਦੇ ਡਿਪਟੀ ਕਮਾਂਡਰ ਦੀ ਇੱਕ ਲੈਬਨਨ ਬਾਰਡਰ ਦੇ ਲਾਗੇ ਮੌਤ ਹੋ ਗਈ ਹੈਗੀ ਆ। ਸੋ US, ਫਰਾਂਸ, ਜਰਮਨੀ, ਇਟਲੀ, UK ਸਾਰੇ ਇਜ਼ਰਾਈਲ ਦੇ ਨਾਲ ਇਸ ਟਾਈਮ ਹੈਗੇ। 1993 ਦੇ ਵਿੱਚ ਬਿਲ ਕਲਿੰਟਨ ਸੀਗੇ ਰਾਸ਼ਟਰਪਤੀ ਜਦੋਂ ਓਸਲੋ ਜਿਹੜੇ ਅਕੋਰਡਸ ਹੋਏ ਸੀ 13 ਸਤੰਬਰ 1993 ਨੂੰ। ਇਜ਼ਰਾਈਲੀ ਪ੍ਰਾਈਮ ਮਿਨਿਸਟਰ ਉਸ ਟਾਈਮ ਦੇ ਉੱਤੇ ਰੈਬਿਨ ਅਤੇ ਪੈਲਸਟੀਨ ਲਿਬਰੇਸ਼ਨ ਆਰਗਨਾਈਜੇਸ਼ਨ ਦਾ ਜਿਹੜੇ ਮੁਹੰਮਦ ਅਬਾਸ ਆ ਉਹਨਾਂ ਨੇ ਇਸ ਡੈਕਲੋਰੇਸ਼ਨ ਔਫ ਪ੍ਰਿੰਸੀਪਲ ਦੇ ਉੱਤੇ ਸਾਈਨ ਕੀਤੇ ਸੀ। PLO ਦੇ ਉਸ ਟਾਈਮ ਲੀਡਰ ਸੀਗੇ ਯਾਸਿਰ ਅਰਾਫਾਤ। ਇਹਨਾਂ ਦੋਨਾਂ ਨੇ ਹੱਥ ਵੀ ਸੁੱਟਿਆ ਸੀਗਾ, ਜਿਹੜੇ ਰੈਬਿਨ ਆ ਅਤੇ ਜਿਹੜੇ ਅਰਾਫਾਤ ਆ ਉਹਨਾਂ ਨੇ 1993 ਦੇ ਵਿੱਚ ਪ੍ਰੈਜੀਡੈਂਟ ਕਲਿੰਟਨ ਦੇ ਸਾਹਮਣੇ, ਉਦੋਂ ਤੋਂ ਹੀ ਜਿਹੜੀ ਚੀਜ਼ ਚੱਲਦੀ ਜਿਹੜੀ ਉਹ ਆ ਰਹੀ ਹੈਗੀ ਆ, ਪਰ ਇਹਦਾ ਨਤਾਰਾ ਜਿਹੜਾ ਉਹ ਕੋਈ ਨਹੀਂ। ਟੂ ਸਟੇਟ ਸਲਿਊਸ਼ਨ ਦੀ ਗੱਲ ਤਾਂ ਜਿਹੜੀ ਅੱਜ ਦੀ ਨਹੀਂ, ਕਈ ਦਹਾਕਿਆਂ ਤੋਂ ਆਪਾਂ ਸੁਣਦੇ ਆ ਰਹੇ ਹਾਂ, ਪਰ ਨਜ਼ਦੀਕੀ ਭਵਿੱਖ ਦੇ ਵਿੱਚ ਦੇਖੋ ਕੀ ਆ। ਕੱਲ੍ਹ ਇੱਕ ਪੈਲਸਟੀਨੀਅਨ ਆਈ ਥਿੰਕ ਅੰਬੈਸਡਰ ਸੀਗਾ ਜਾਂ ਉਹਨਾਂ ਦਾ ਸਪੋਕਸਪਰਸਨ ਸੀਗਾ, BBC ਦੇ ਨਾਲ ਜਦੋਂ ਗੱਲ ਉੱਥੇ ਕਰ ਰਿਹਾ ਸੀ ਉੱਥੇ UK ਦੇ ਵਿੱਚ, ਤਾਂ ਉਹਨਾਂ ਨੇ ਕਿਹਾ ਵੀ ਕਹਿੰਦੇ ਵੀ ਤੁਸੀਂ ਕੰਡੈਮ ਕਿਉਂ ਨਹੀਂ ਕਰ ਰਹੇ ਹਮਾਸ ਦੀਆਂ ਜਿਹੜੀਆਂ ਇਸ ਦੇ ਵਿੱਚ, ਕਹਿੰਦੇ ਵੀ ਤੁਸੀਂ ਕਦੀ ਇਜ਼ਰਾਈਲੀ ਨੂੰ ਬੁਲਾਇਆ ਜਦੋਂ ਉਹ ਪੈਲਸਤੀਨੀਆਂ ਨੂੰ ਮਾਰਦੇ ਹੋ ਕੰਡੈਮ ਕਰਨ ਦੇ ਲਈ? ਉਹ ਕਹਿੰਦੇ ਵੀ ਮੇਰੇ ਤੋਂ ਇਹ ਨਾਂ ਜਿਹੜਾ ਉਹ ਤੁਸੀਂ ਉਮੀਦ ਜਿਹੜੀ ਉਹ ਰੱਖੋ, ਇਹਦਾ ਸਲਿਊਸ਼ਨ ਗੱਲਬਾਤ ਦੇ ਵਿੱਚ ਹੀ ਇਵੈਂਚੁਅਲੀ ਜਿਹੜਾ ਉਹ ਨਿਕਲਣਾ ਹੈਗਾ ਆ। ਸੋ ਦੇਖੋ ਅੱਗੇ ਕੀ ਹੁੰਦਾ ਆ, ਪਰ ਇਹ ਜਿਹੜਾ ਜ਼ਰੂਰ ਦੱਸਦੇ ਜਾਈਏ ਜਦੋਂ ਸਿੱਖਾਂ ਦੇ ਉੱਤੇ 1984 'ਚ ਹਮਲਾ ਹੋਇਆ ਸੀ, ਇੰਦਰਾ ਗਾਂਧੀ ਦੀ ਸਪੋਰਟ ਉਦੋਂ ਯਾਸਿਰ ਅਰਾਫਾਤ ਨੇ ਵੀ ਕੀਤੀ ਸੀ ਅਤੇ ਇਜ਼ਰਾਈਲ ਦੀ ਇੰਟੈਲੀਜੈਂਸ ਨੇ ਤਾਂ ਮਦਦ ਜਿਹੜੀ ਆ ਉਸ ਟਾਈਮ ਦੇ ਉੱਤੇ ਉਹ ਕੀਤੀ, ਉਹ ਹੀ ਕੀਤੀ ਸੀਗੀ। ਸੋ ਅੱਜ ਦੇ ਯੁੱਗ ਦੇ ਵਿੱਚ, ਅੱਜ ਦੇ ਸਮੇਂ ਦੇ ਵਿੱਚ ਕੌਣ ਕਿਹਦੇ ਨਾਲ ਕਿੱਦਾਂ ਕਿਵੇਂ ਧੱਕਾ ਹੋ ਰਿਹਾ, ਸਾਰਿਆਂ ਦੇ ਸਾਹਮਣੇ ਆ, ਕਿਸੇ ਨੂੰ ਕੋਈ ਚੀਜ਼ ਕਹਿਣ ਦੀ ਬੋਲਣ ਦੀ ਜਿਹੜੀ ਉਸ ਦੇ ਵਿੱਚ ਲੋੜ ਨਹੀਂ ਹੈਗੀ, ਪਰ ਹਾਲਾਤ ਸਾਰਿਆਂ ਦੇ ਲਈ ਜਿਹੜੇ ਉੱਥੇ ਮਾੜੇ ਹੀ ਜਿਹੜੇ ਆ ਹਰਜੋਤ ਸਿੰਘ ਜੀ ਬਣਦੇ ਜਾ ਰਹੇ, ਚਾਹੇ ਉਹਨੂੰ ਓਪਨ ਏਅਰ ਪ੍ਰਿਜ਼ਨ ਕਹਿ ਲਓ, ਚਾਹੇ ਸੈਟਲਮੈਂਟਸ ਜਿਹੜੀਆਂ ਬਣਾਈਆਂ ਜਾ ਰਹੀਆਂ, ਬਹੁਤ ਕੁਛ ਜਿਹੜਾ ਉੱਥੇ ਹੋ ਰਿਹਾ ਆ, ਇਸ ਦਾ ਜਿਹੜਾ ਨਤੀਜਾ ਹਰਜੋਤ ਸਿੰਘ ਜੀ ਕੋਈ ਨਜ਼ਦੀਕੀ ਭਵਿੱਖ ਵਿੱਚ ਨਜ਼ਰ ਨਹੀਂ ਆ ਰਿਹਾ। ਜਿੱਦਾਂ ਤੁਸੀਂ ਦੱਸ ਰਹੇ ਆ ਵੀ ਉਹਨਾਂ ਨੇ ਕਈ ਬਟੈਲੀਅਨਸ ਸੱਦ ਲਈਆਂ ਆ, ਜਿਸ ਤੋਂ ਬਾਅਦ ਦੇ ਵਿੱਚ ਉਹ ਅੰਦਰ ਗਰਾਊਂਡ ਦੇ ਉੱਤੇ ਉਹਨਾਂ ਨੇ ਹੁਣ ਕਹਿ ਲਓ ਵੀ ਓਪਰੇਸ਼ਨ ਕਰਨਾ ਆ, ਅਤੇ ਵੱਧ ਤੋਂ ਬਦਤਰ ਜਿਹੜੀ ਸਿਚੁਏਸ਼ਨ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੋਊਗੀ। ਇਨਕਾਊਂਟਰਸ ਜਿਹੜੇ ਕਲੋਜ਼ ਕੁਆਟਰਸ ਦੇ ਵਿੱਚ ਹੋਣਗੇ, ਸਭ ਤੋਂ ਵਨ ਆਫ ਦਾ ਮੋਸਟ ਡੈਂਸਲੀ ਪਾਪੂਲੇਟਡ ਇਲਾਕਾ ਮੰਨਿਆ ਜਾਂਦਾ ਹੈ ਪੂਰੀ ਦੁਨੀਆ ਦੇ ਵਿੱਚ, ਜਿਹੜੀ ਗਾਜ਼ਾ ਪੱਟੀ ਆ, ਕਿੰਨੇ ਮਿਲੀਅਨ ਲੋਕ ਰਹਿੰਦੇ, ਬਹੁਤ ਹੀ ਥੋੜ੍ਹੀ ਜਿਹੜੀ ਉਹ ਥਾਂ ਦੇ ਵਿੱਚ। ਸੋ ਦੇਖੋ ਕੀ ਇਸ ਦੇ ਵਿੱਚ ਬਣਦਾ ਆ। ਅਮਰੀਕਾ ਕਹਿੰਦੇ ਵੀ ਪੂਰੀ ਤਰ੍ਹਾਂ ਇਜ਼ਰਾਈਲ ਦੀ ਸਪੋਰਟ ਦੇ ਵਿੱਚ ਹੈਗਾ ਆ। ਅੱਜ ਡਿਫੈਂਸ ਡਿਪਾਰਟਮੈਂਟ ਆਫ ਡਿਫੈਂਸ ਨੇ ਵੀ ਜਿਹੜੀ ਆ ਉਹ ਨਿਊਜ਼ ਜਿਹੜੀ ਉਹ ਜਾਰੀ ਕਰਦੇ ਹੋਏ ਕਿਹਾ ਵੀ ਕਿਉਂਕਿ ਉਹਨਾਂ ਨੇ 11 ਅਮਰੀਕੀ ਵੀ ਮਾਰ ਦਿੱਤੇ, ਜਿਨ੍ਹਾਂ ਦਾ ਅੰਕੜਾ ਆਲਰੇਡੀ ਜਿਹੜਾ ਉਹ ਵੱਧ ਰਿਹਾ ਹੈਗਾ ਆ। ਇਸ ਪੂਰੇ ਮਾਮਲੇ ਵਿੱਚ ਡਿਫੈਂਸ ਦੇ ਜਿਹੜੇ ਸਕੱਤਰ ਨੇ ਲੋਇਡ ਆਸਟਿਨ, ਉਹਨਾਂ ਨੇ ਕਿਹਾ ਆ ਵੀ US ਪੂਰੀ ਤਰ੍ਹਾਂ ਬਗੈਰ ਕਿਸੇ ਗੱਲ ਤੋਂ, ਬਗੈਰ ਕਿਸੇ ਕਹੇ, ਪੂਰੀ ਤਰ੍ਹਾਂ ਇਜ਼ਰਾਈਲ ਦੀ ਸਪੋਰਟ ਦੇ ਵਿੱਚ ਆ, ਅਤੇ ਉਹਨਾਂ ਦਾ ਆਪਣੇ ਆਪ ਨੂੰ ਡਿਫੈਂਡ ਕਰਨ ਦੀ ਜਿਹੜੀ ਗੱਲ ਆ ਉਸ ਨੂੰ ਉਹ ਪੂਰੀ ਤਰ੍ਹਾਂ ਸਪੋਰਟ ਕਰਦਾ ਆ। ਆਸਟਿਨ ਅਤੇ ਨੈਸ਼ਨਲ ਸਿਕਿਉਰਿਟੀ ਕੌਂਸਲ ਆ ਉਹ ਕਹਿੰਦੇ ਵੀ ਅਸੀਂ ਆਪਣੇ ਐਲਾਈ ਸਾਥੀਆਂ ਨੂੰ, ਪਾਰਟਨਰਸ ਨੂੰ ਮਿਡਲ ਈਸਟ ਦੇ ਵਿੱਚ ਕਾਲ ਜਿਹੜੀ ਆ ਉਹ ਕਰ ਰਹੇ ਹਾਂ, ਅਤੇ ਮੇਕ ਕਲੀਅਰਲੀ ਜਿਹੜਾ ਉਹ ਦੱਸ ਰਹੇ ਹਾਂ ਜਿਹੜੇ ਵੀ ਐਡਵਰਸਰੀਜ਼ ਹੈਗੇ ਆ ਇਜ਼ਰਾਈਲ ਦੇ ਜਿਹੜੇ ਉਲਟ ਆ ਉਹ ਇਸ ਕੌਨਫਲਿਕਟ ਨੂੰ ਜੋ ਐਸਕਲੇਟ ਕਰਨ ਦੀ ਕੋਸ਼ਿਸ਼ ਕਰਨਗੇ,
ਕਹਿੰਦੇ ਵੀ ਦੁਬਾਰਾ ਸੋਚਿਓ, ਅਸੀਂ ਇਸ ਇਨਸਟੇਬਿਲਿਟੀ ਦਾ ਉਹਨਾਂ ਨੂੰ ਫਾਇਦਾ ਜਿਹੜਾ ਉਹ ਨਹੀਂ ਚੱਕਣ ਦੇਵਾਂਗੇ, ਅਤੇ ਇਜ਼ਰਾਈਲ ਦੀ ਜਿਹੜੀ ਅਸੀਂ ਪੂਰੀ ਸਪੋਰਟ ਦੇ ਉੱਤੇ ਹਾਂ। ਜਿਹੜਾ ਇਸ ਟਾਈਮ ਅਮਰੀਕਾ ਦਾ USS ਜਰਾਲਡ ਆਰ ਫੋਰਡ ਕੈਰੀਅਰ ਸਟ੍ਰਾਈਕ ਗਰੁੱਪ ਆ, ਉਹ ਮੈਡੀਟਰੇਨੀਅਨ ਸੀ ਦੇ ਵਿੱਚ ਪਹੁੰਚ ਚੁੱਕਾ ਆ। ਉਹਨਾਂ ਨੇ ਇਸ ਦੇ ਨਾਲ ਨਾਲ F-35, F-15, F-16 ਅਤੇ A-10 ਜਿਹੜੇ ਫਾਈਟਰ ਏਅਰਕ੍ਰਾਫਟ ਦੇ ਸਕੁਆਡਰਨਸ ਆ, ਉਹਨਾਂ ਨੂੰ ਵੀ ਉੱਥੇ ਮੂਵ ਕਰ ਦਿੱਤਾ ਆ। ਇਹ ਜਿਹੜੇ ਪੋਸਚਰ ਦੇ ਨਾਲ ਇਜ਼ਰਾਈਲ ਦੀ ਸਪੋਰਟ ਜਿਹੜੀ ਆ ਉਹ ਹੋਰ ਵਧੇਗੀ, ਚਾਹੇ ਕਹਿੰਦੇ ਵੀ ਇਰਾਨ ਆ ਜਾਂ ਲੈਬਨਨ ਦੇ ਵਿੱਚ ਹਜ਼ਬੁੱਲਾ ਆ ਜਾਂ ਹੋਰ ਕੋਈ ਵੀ ਆ, ਉਹਨਾਂ ਨੂੰ ਕਹਿੰਦੇ ਵੀ ਅਸੀਂ ਦੁਬਾਰਾ ਚੇਤਾਵਨੀ ਦੇ ਰਹੇ ਹਾਂ ਵੀ ਜੇ ਇਸ ਦੇ ਵਿੱਚ ਤੁਸੀਂ ਹੋਰ ਵੜਨ ਦੀ ਕੋਸ਼ਿਸ਼ ਕੀਤੀ ਜਾਂ ਇਸ ਕੌਨਫਲਿਕਟ ਨੂੰ ਐਸਕਲੇਟ ਕਰਨ ਦੀ ਕੋਸ਼ਿਸ਼ ਕੀਤੀ, ਵਧਾਉਣ ਦੀ ਕੋਸ਼ਿਸ਼ ਕੀਤੀ, ਤਾਂ ਭਾਈ ਬਚ ਕੇ ਅਸੀਂ ਜਿਹੜਾ ਉਹ ਫਿਰ ਰੁਕਣਾ ਨਹੀਂ, ਅਸੀਂ ਇਜ਼ਰਾਈਲ ਦੀ ਪੂਰੀ ਸਪੋਰਟ ਕਰਾਂਗੇ।